ਗੁਰਬਖਸ਼ ਸਿੰਘ ਦੀ ਕਹਾਣੀ ਕੇਰੂ 10 ਨੰਬਰੀ ਆ ਮੈਂ ਤੇ ਮੇਰੀ ਪਤਨੀ ਚਿਰਾਕੇ ਸ਼ਹਿਰੋਂ ਵਿਲੇ ਹੋਏ ਸੂਰਜ ਡੁੱਬ ਚੁੱਕਾ ਸੀ ਤੇ ਸੌਣ ਦੀ ਕਿਣਮਣ ਹੋ ਰਹੀ ਸੀ ਪਰ ਸਾਡੇ ਕੋਲ ਜੀਪ ਸੀ 15 ਮੀਲ ਪੱਕੀ ਸੜਕ ਦੇ ਅਸਾ ਝਟ ਮੁਕਾ ਲੇ ਇੱਥੋਂ ਸਾਡਾ ਪਿੰਡ ਸਵਾ ਮੀਲ ਸੀ ਪਰ ਰਸਤਾ ਕੱਚਾ ਸੀ ਮਸਾਂ ਦੋ ਪਹਿਲੀਆਂ ਦੀ ਵਾਟ ਕੱਚੇ ਉੱਤੇ ਗਏ ਹੋਵਾਂਗੇ ਕਿ ਬੱਦਲ بھرੇ ਕਾਨੂੰ ਪਾਉਟ ਹੀ ਪਏ ਕੱਚੀ ਸੜਕ ਦੀ ਲੀਕ ਲੁੱਕ ਗਈ ਤੇ ਪਈਆ ਕਿਸੇ ਟੋਏ 'ਚ ਇਹੋ ਜਿਹਾ ਫਸਿਆ ਕਿ ਹਾਰ ਕੇ ਮੈਨੂੰ ਇੰਜਣ ਬੰਦ ਕਰਨਾ ਪਿਆ ਉਸ ਵੇਲੇ ਸੜਕ ਦੇ ਬੰਨਿਓਂ ਆਵਾਜ਼ ਆਈ ਐਸ ਤੂਫਾਨ 'ਚ ਸਰਦਾਰ ਜੀ ਮੈਂ ਤੱਕਿਆ ਕੋਈ ਲੰਮਾ ਚਮਾ ਆਦਮੀ ਸਿਰ ਤੇ ਬੋਰੀ ਪਾਈ ਸਾਡੇ ਵੱਲ ਆ ਰਿਹਾ ਸੀ ਪਛਾਣਿਆ ਨਹੀਂ ਉਸ ਨੇੜੇ ਪਹੁੰਚ ਕੇ ਆਖਿਆ ਮੈਂ ਕੇਰੂ ਦੱਸੋ ਜੋ ਮੈਂ ਕਰ ਸਕਦਾ ਹਾਂ ਕੇਰੂ ਦਾ ਨਾਂ ਸੁਣਦਿਆਂ ਸਾਰ ਮੇਰੀਆਂ ਅੱਖਾਂ ਅੱਗੇ ਕਈ ਕਤਲ ਕਈ ਲੁੱਟਾਂ ਮੁਸਾਫਰ ਕਈ ਚੋਰੀਆਂ ਕਈ ਡਾਕੇ ਫਿਰ ਗਏ ਸਾਡੀ ਨਵੀਂ ਵਿਆਹੀ ਕੁੜੀ ਨੇ ਚੋਰੀਆਂ ਦੇ ਡਰੋਂ ਇੱਕ ਟਰੰਕ ਸਾਡੇ ਨਾਲ ਧਾਰ ਦਿੱਤਾ ਸੀ ਇਹ ਮੇਰਾ ਖਿਆਲ ਇੱਕ ਖਿੰਡ ਦੀ ਗੱਲ ਹੋਏਗੀ ਕਿਉਂਕਿ ਝਟ ਸਾਵਧਾਨ ਹੋ ਗਈ ਮੈਂ ਕੇਰੂ ਨੂੰ ਉਤਰ ਦਿੱਤਾ ਬੜੀ ਮਿਹਰਬਾਨੀ ਕੇਰ ਸਿੰਘ ਜੀ ਮੈਂ ਇਸ ਵੇਲੇ ਆਪਣੇ ਮੂਰਖਪਣੇ ਤੋਂ ਸ਼ਰਮਿੰਦਾ ਜੋ ਤੁਹਾਨੂੰ ਸੁਝੇ ਕਰਉ ਤੁਹਾਡੇ ਗੋਚਰੇ ਆ ਫਿਰ ਚਲੋ ਤੁਸੀਂ ਮੇਰੇ ਨਾਲ ਤੁਸੀਂ ਸੁਣਿਆ ਹੀ ਹੋਏਗਾ ਮੈਂ ਪਿੰਡ 'ਚ ਨਹੀਂ ਰਹਿੰਦਾ ਇੱਥੇ ਖੂ ਤੇ ਹੀ ਹਵੇਲੀ ਬਣਾ ਲਈਏ ਤੇ ਮੇਰੀ ਜ਼ਮੀਨ ਤੇ ਇਸ ਸੜਕ ਦੀ ਹੱਦ ਸੰਝੀਏ ਆਪਣੇ ਮਨ ਨਾਲ ਮੈਂ ਝਟ ਫੈਸਲਾ ਕਰ ਲਿਆ ਤੇ ਹੱਥ ਨਾਲ ਘੁੱਟ ਕੇ ਆਪਣੀ ਪਤਨੀ ਦੀ ਖਾਮੋਜ ਸਲਾਹ ਵੀ ਲੈ ਲਈ ਕਿ ਜੋ ਕੇਰੂ ਸਾਡੇ ਨਾਲ ਕਰਨਾ ਚਾਹੇ ਉਹ ਸੜਕ ਤੇ ਵੀ ਕਰ ਸਕਦਾ ਹੈ ਤੇ ਘਰ ਲਾ ਜਾ ਕੇ ਵੀ ਕਰ ਸਕਦਾ ਹੈ ਰਾਤ ਹਨੇਰੀ ਤੇ ਮੈਂ ਛੱਜੀ ਖਾਰੀ ਪੀ ਰਿਆ ਸੀ ਪਰ ਕੇਰ ਸਿੰਘ ਜੀ ਇੱਕ ਟਰੰਕ ਹਵੇਲੀ ਖੜਨਾ ਹੋਏਗਾ ਲਿਆਓ ਫੜਾਓ ਤੇ ਉਹਨੇ ਸਿਰੋਂ ਬੋਰੀ ਲਾ ਕੇ ਹੱਥ ਪਾ ਕੇ ਟਰੰਕ ਆਪਣੇ ਸਿਰ ਤੇ ਧਰਾ ਲਿਆ ਤੇ ਉੱਪਰ ਬੋਰੀ ਪਾ ਲਈ। ਅਸੀਂ ਦੋਵੇਂ ਇੱਕ ਦੂਜੇ ਨੂੰ ਆਸਰਾ ਦਿੰਦੇ ਉਹਦੇ ਪਿੱਛੇ ਹੋ ਲਏ। ਹਵੇਲੀ ਦਾ ਬੂਆ ਘੇਰੂ ਨੇ بڑے ਢੰਗ ਨਾਲ ਖੜਕਾਇਆ। ਪਹਿਲਾਂ ਤਿੰਨ ਇਕੱਠੀਆਂ ਠੋਕਰਾਂ ਫਿਰ ਇੱਕ ਜ਼ਰਾ ਜ਼ੋਰ ਨਾਲ ਨਖੇੜ ਕੇ ਅੰਦਰੋਂ ਬੂਆ ਖੁੱਲਿਆ। ਨਵੇਂ ਨਗਰ ਦੇ ਵੱਡੇ ਸਰਦਾਰ ਹੋਰੀ ਘੇਰੂ ਨੇ ਆਖਿਆ ਤੇ ਬੂਆ ਖੋਲਣ ਵਾਲੀ ਨੇ ਰੱਖ ਸਾਈਂ ਦੀ ਆਕੇ। ਮੇਰੀ ਪਤਨੀ ਦਾ ਹੱਥ ਫੜ ਲਿਆ ਤੇ ਦੂਜੇ ਉਹਦੇ ਹੱਥ 'ਚ ਲਾਲਟਣ ਸੀ। ਇਕ ਪਸਾਰ ਚ ਕੇਰੂ ਨੇ ਦੋ ਮੰਜੇ ਢਾ ਦਿੱਤੇ ਇਸਤਰੀ ਨੇ ਸੰਦੂਕ ਚੋਂ ਦੋ ਖੇਸ ਕੱਢ ਕੇ ਉੱਪਰ ਵਿਛਾ ਦਿੱਤੇ ਕੋਈ ਸੁ ਕਰਨੀ ਸੀ ਇਹ ਇਸਤਰੀ ਕਿਸ ਤਰ੍ਹਾਂ ਦੋ ਨੁਕਰਾਂ ਤੋਂ ਛੱਡ ਕੇ ਖੇਸ ਸਰਾਂਦਿਓਂ ਪਵਾਂਦੀ ਪਹੁੰਚਾ ਦਿੱਤਾ ਤੇ ਸਰਾਂਦਿਓਂ ਪਵਾਂਦੀ ਜਾ ਕੇ ਚੋਂ ਹੱਥ ਫੇਰਿਆਂ ਚ ਸਾਰੇ ਵਟ ਕੱਢ ਦਿੱਤੇ ਹਵਾ ਨਾਲ ਕੁਝ ਕਾਲੀ ਹੋਈ ਬੱਤੀ ਦੀ ਰੌਸ਼ਨੀ ਚ ਨਕਸ਼ ਬਹੁਤ ਸਾਫ਼ ਨਹੀਂ ਸੀ ਦਿਖਦੇ ਪਰ ਇਸਤਰੀ ਨੇ ਕਦ ਕਾਟ ਤੇ ਚਾਲ ਢਾਲ ਚ ਇਹੋ ਜਿਹਾ ਕੁਝ ਸੀ ਕਿ ਉਹਦੇ ਵੱਲ ਵੇਖਣਾ ਮੈਨੂੰ ਚੰਗਾ ਲੱਗਦਾ ਸੀ ਹੁਣੇ ਮੈਂ ਤੁਹਾਡੇ ਲਈ ਰੋਟੀਆਂ ਲਾ ਲੈਂਦੀ ਆ ਤੁਸੀਂ ਰੋਟੀ ਦੀ ਖੇਚਲ ਨਾ ਕਰੋ ਮੇਰੀ ਪਤਨੀ ਨੇ ਆਖਿਆ ਖਿੱਚ ਕਦੇ ਗੱਡੀ ਫਸਿਆਈ ਤੁਸੀਂ ਸਾਡੇ ਘਰ ਆਉਣਾ ਹੋਇਆ ਆਟਾ ਗੁੱਦਾ ਸਲੂਣਾ ਰਿੱਧਾ ਪਿਆ ਇਹ ਕਹਿੰਦੀ ਤੇ ਮੁਸਕਰਾਉਂਦੀ ਏ ਰਸੋਈ ਵੱਲ ਚਲੀ ਗਈ ਮੈਂ ਬੂਆ ਚੰਨਾ ਵੇਖਾਵਾ ਕੇਰੂ ਵੀ ਚਲਾ ਗਿਆ ਤੇ ਅਸੀਂ ਦੋਵਾਂ ਨੇ ਹੌਲੀ-ਹੌਲੀ ਕੁਸਰਮੁਸਰ ਚ ਇੱਕ ਦੂਜੇ ਦਾ ਦਿਲ ਪੁੱਛਿਆ ਡਰ ਵੀ ਸੀ ਪਰ ਮਾੜੇ ਵੀ ਉੰਨੇ ਹੀ ਸੀ ਲੱਗੇ ਰੋਟੀ ਖਾਧੀ ਗਈ istri ਭਾਂਡਾ ਟਿੰਡਾ ਸੰਭਣ ਚਲੀ ਗਈ ਕੇਰੂ ਬੀ ਆ ਕੇ ਕਿ ਤੁਸੀਂ ਥੱਕੇ ਹੋ ਆਰਾਮ ਕਰੋ ਸਾਨੂੰ ਛੱਡ ਗਿਆ ਜਿਹੜੀਆਂ ਗੱਲਾਂ ਬਹੁਤੀਆਂ ਸਾਡੇ ਮਨ ਚ ਸਨ ਉਹ ਸੀ ਉਸ ਘਰ ਚ ਕਰ ਨਹੀਂ ਸਕਦੇ ਚੁੱਪ ਕਰਕੇ ਲੰਮੇ ਪੈ ਗਏ ਮੇਰੀ ਪਤਨੀ ਨੂੰ ਨੀਂਦ ਚੰਗੀ ਐ ਉਹ 50 ਦਸਾ ਮਿੰਟਾਂ ਚ ਹੀ ਸੌਂ ਗਈ ਪਰ ਮੈਂ ਹਰ ਨਿੱਕੇ ਜੇ ਖੜਾਕ ਤੇ ਵੀ ਅੱਖਾਂ ਖੋਲ ਲੈਂਦਾ ਸੀ ਇੱਕ ਵਾਰੀ ਕੀ ਵੇਖਦਾ ਕੇਰੂ ਬੂਏ ਅੱਗੇ ਢਾਰੇ ਚ ਖੜਾ ਐ ਉਹਦੇ ਪਿੱਠ ਸਾਡੇ ਵੱਲ ਐ ਮੈਂ ਤੱਕਦਾ ਰਿਹਾ ਉੱਠ ਲਿਆ ਗਿਆ ਅੱਧੇ ਘੰਟੇ ਬਾਅਦ ਫੇਰ ਮੈਨੂੰ ਜਾਪਿਆ ਮੈਂ ਅੱਖਾਂ ਖੋਲੀਆਂ ਮੇਰਾ ਤਰਾਹ ਨਿਕਲ ਗਿਆ ਕਿ ਰੂ ਫੇਰ ਬੂਏ ਚ ਖੜੋਤਾ ਸੀ ਐਤ ਕੀ ਮੇਰੇ ਵੱਲ ਤੱਕ ਰਿਹਾ ਸੀ ਮੈਂ ਉੱਠ ਕੇ ਬਹਿ ਗਿਆ ਕਿਉ ਸਰਦਾਰ ਜੀ ਨੀਂਦਰ ਨਹੀਂ ਆਉਂਦੀ ਉਸ ਪੁੱਛਿਆ ਉਪਰੇ ਥਾ ਮੈਨੂੰ ਘੱਟ ਹੀ ਨੀਂਦ ਆਉਂਦੀ ਏ ਤੇ ਨਾਲੇ ਵਹਿੰਦਾ ਸਮੇ ਕਿੰਨਾ ਕੁ ਪੈ ਰਿਹਾ ਪਰ ਤੁਸੀਂ ਕੇਰ ਸਿੰਘ ਜੀ ਕਿਉ ਅਜੇ ਤੱਕ ਨਹੀਂ ਸੁੱਤੇ ਮੈਂ ਆਪਣਾ ਡਰਚ ਪਾਣ ਲਈ ਪੁੱਛਿਆ ਮੈਂ ਤਾਂ ਸਰਦਾਰ ਜੀ ਅੱਜ ਸੌਣਾ ਹੀ ਨਹੀਂ ਮੈਨੂੰ ਕੁੜੀ ਦੇ ਟਰੰਕ ਦਾ ਖਿਆਲ ਆਇਆ ਜੇ ਨਾ ਆਇਆ ਹੁੰਦਾ ਤੇ ਸਾਨੂੰ ਕਿਸੇ ਨੇ ਕੀ ਆਖਣਾ ਸੀ ਉਹ ਕਿਉਂ ਤੁਸੀਂ ਅੱਜ ਕਿਉਂ ਨਹੀਂ ਸੌਣਾ ਮੈਂ ਪੁੱਛਿਆ ਅੱਜ ਮੇਰੇ ਘਰ ਇੱਕ ਬੜੀ ਮਹਿੰਗੀ ਈਮਾਨਤ ਹੈ ਮੈਂ ਦੁਸ਼ਮਨਦਾਰ ਆਦਮੀਆਂ ਤੇ ਜੇ ਮੇਰੇ ਘਰ ਚ ਤੁਹਾਨੂੰ ਕੋਈ ਹਰਜ਼ ਹੋ ਜਾਏ ਤੇ ਮੈਂ ਕਿਹੜੇ ਮੂੰਹ ਜੀਵਾਂਗਾ ਉਹਦੀ ਆਵਾਜ਼ ਚ ਸੱਚਾਈ ਦੀ ਠੰਕ ਸੀ ਤੁਸੀਂ ਕਿੱਡੇ ਚੰਗੇ ਹੋ ਕੇਰ ਸਿੰਘ ਜੀ ਪਰ ਮਨ ਚ ਉਹਦੀ 10 ਨੰਬਰੀ ਸ਼ੋਹਰਤ ਨਾਲ ਮੈਂ ਉਹਦਾ ਰਵਈਆ ਮੇਲ ਰਿਹਾ ਸਾਂ ਚੰਗਾ ਜੇਡਾ ਮੈਂ ਹਾਂ ਜੱਗ ਜਾਣਦਾ ਪਰ ਅੱਜ ਆਪਣੇ ਮਹਿਮਾਨ ਦੇ ਕੋਈ ਵਾਲ ਤੋ ਜਾਨ ਲੜਾ ਦੇਣਾ ਮੇਰਾ ਧਰਮ ਹੈ ਬੜਾ ਬੱਦਲ ਲਿਸ਼ਕਿਆ ਕਿਉਂ ਜਾ ਸ਼ਾਨਦਾਰ ਉਹਦਾ ਜੁੱਸਾ ਮੰਚ 'ਚ ਮੈਂ ਆਖਿਆ ਜਿਹਦਾ ਆदमी ਯਾਰ ਹੋਵੇ ਤੇ ਉੱਚੀ ਮੇਰੇ ਮੂੰਹ ਨਿਕਲਿਆ ਜੇ ਕੇ ਸਿੰਘ ਜੀ ਤੁਸੀਂ ਅੱਜ ਸੌਣਾ ਨਹੀਂ ਤਾਂ ਆ ਜਾਓ ਅੰਦਰ ਇਕੱਠੇ ਜਾਗੀਏ ਉਹ ਅੰਦਰ ਆ ਗਿਆ ਪਰ ਮਾਤਾ ਜੀ ਸੁੱਤੇ ਪਏ ਨੇ ਇਹਨਾਂ ਦਾ ਤੁਸੀਂ ਕੋਈ ਫਿਕਰ ਨਾ ਕਰੋ ਪਹਿਲੇ ਵੇਲੇ ਜਦੋਂ ਇਹਨਾਂ ਦੀ ਅੱਖ ਲੱਗ ਜਾਏ ਤਾਂ ਗੱਲਾਂ ਦਾ ਤਾਂ ਕੋਈ ਕੀ ਬੰਮ ਧਮਾਕਾ ਵੀ ਇਹਨਾਂ ਨੂੰ ਜਗਾ ਨਹੀਂ ਸਕਦਾ ਮਸਕਰਾ ਕੇ ਉਹ ਮੇਰੇ ਨਾਲ ਬੰਜੀ ਤੇ ਬਹਿ ਗਿਆ ਉਹਦੇ ਸਾਹਮਣੇ ਕਿੱਲੀ ਨਾਲ ਟੰਗੀ ਹੱਥ ਬੱਤੀ ਬਲ ਰਹੀ ਸੀ ਸੁਣਾਓ ਖੇਰ ਸਿੰਘ ਜੀ ਮੈਂ ਆਖਿਆ ਕੋਈ ਆਪਣੀ ਜ਼ਿੰਦਗੀ ਦੀ ਘਟਨਾ ਕਾਦੀ ਮੇਰੀ ਜ਼ਿੰਦਗੀ ਉਸ ਹੋਕਾ ਭਰ ਕੇ ਆਖਿਆ ਜ਼ੋਰ ਜ਼ਬਰਦਖੂਨੀ ਹੰਗਾਮਾ ਸ਼ਰਮ ਆਵੇ ਸੁਣਾਉਂਦਿਆਂ ਹਾਂ ਬੰਸੋ ਮੇਰੀ ਘਰ ਵਾਲੀ ਦੀ ਕਹਾਣੀ ਜਿਹੜੀ ਸੁਣਨ ਨੂੰ ਮੇਰਾ ਜੀ ਔੜਦਾ ਰਹਿੰਦਾ ਹੈ ਉਹੀ ਸੁਣਾਓ ਆਪਣੀ ਵੀ ਸੁਣਾਓ ਸ਼ਰਮਾਉ ਨਾ ਕਈ ਵਾਰੀ ਸਾਡੀ ਜ਼ਿੰਦਗੀ ਸਾਡੇ ਆਪਣੇ ਇਰਾਦਿਆਂ ਦੀ ਤਸਵੀਰ ਨਹੀਂ ਹੁੰਦੀ ਸਾਡੇ ਆਲੇ ਦੁਆਲੇੋਂ ਪੈਦਾ ਹੋਈ ਮਜਬੂਰੀ ਹੁੰਦੀ ਹੈ ਮੈਂ ਕੇਰੂ ਨੂੰ ਪਵੰਦ ਤੋਂ ਗਾਂ ਹੋ ਕੇ ਬੈਠਣ ਲਈ ਆਖਿਆ ਮੇਰੇ ਕਿੱਸੇ ਤਾਂ ਤੁਸੀਂ ਕਈ ਸੁਨੇ ਹੋਣਗੇ 100 ਵਿੱਗੇ ਬਾਪੂ ਦੀ ਜ਼ਮੀਨ ਸੀ ਭਰਾ ਦੋਈਆਂ ਕੰਮ ਕਦੇ ਕੀਤਾ ਨਾ ਅਠਵੀਆਂ ਉੱਠ ਬੈਠਾ ਸੇਪੀਆਂ ਮੁਜਾਰਿਆਂ ਦੀ ਮੁਟਿਆਰ ਜਿਹੜੀ ਚੰਗੀ ਲੱਗੀ ਉਹਨੂੰ ਚੰਗਿਆਂ ਨਾ ਰਹਿਣ ਦਿੱਤਾ ਹੱਟਪੇ ਹੱਡ ਪੈਰ ਨਰੋਏ ਸਨ ਪਲਵਾਨ ਪਲਵਾਨ ਆ ਕੇ ਲੋਕਾਂ ਨੇ ਭੂਏ ਚੜਾ ਦਿੱਤਾ ਫਿਰ ਸਰਦਾਰ ਜੀ ਮੈਂ ਕੀ ਨਹੀਂ ਕੀਤਾ ਪੈਂਚ ਸਾਡਾ ਚੰਗਾ ਸੀ ਪਰ ਟੋਕ ਦਾ ਬਹੁਤ ਸੀ ਗੁੱਸਾ ਲੱਗਾ ਦਿਨ ਦੇਵੇਂ ਵੱਡ ਸੁੱਟਿਆ ਗਵਾਈ ਕੀ ਦੀ ਮਜਾਲਸੀ ਦਿੰਦਾ 10 ਵਜੇ ਕੈਦ ਹੋਈ ਕੱਟ ਕੇ ਛੋਟਾ ਆ ਤੇ ਜੇ ਬੰਸੋ ਕਿਤੋਂ ਰੱਬੋਂ ਉੱਡ ਕੇ ਮੇਰੇ ਘਰ ਨਾ ਆ ਜਾਂਦੀ ਤਾਂ ਪਤਾ ਨਹੀਂ ਕੌਣ ਕੌਣ ਮੇਰੇ ਹੱਥੋਂ ਮੋਇਆ ਹੁੰਦਾ ਤੇ ਜਾਂ ਕਿਹਦੇ ਹੱਥੋਂ ਮੇਰਾ ਢਿੱਡ ਪਾਟ ਗਿਆ ਹੁੰਦਾ ਇਕ ਕੰਦਾ ਉੱਠ ਕੇ ਡੰਗਰਾਂ ਵਾਲੇ ਕੋਠੇ ਹਲ ਚਲਾ ਗਿਆ ਤੇ ਮੁੜ ਕੇ ਚੰਗੀ ਤਰ੍ਹਾਂ ਬਹਿ ਕੇ ਉਸ ਗੱਲ ਸ਼ੁਰੂ ਕੀਤੀ ਇਹ ਬੰਸੋ ਮੇਰੀ ਘਰ ਵਾਲੀ ਮੁਸਲਮਾਨ ਲੋਹਾਰਾਂ ਦੀ ਧੀ ਇਹ ਨੈਤੀ ਇਹਦਾ ਨਾਂ ਸੀ ਤੇ ਪਿੰਡ ਇਹਨਾਂ ਦਾ ਸ਼ਹਿਰ ਦੇ ਨੇੜੇ ਸੀ ਤੇ ਜਦੋਂ ਇਹਨੂੰ ਜਵਾਨੀ ਆਈ ਪਿੰਡ 'ਚ ਗੋਗਾ ਮਚ ਗਿਆ ਇਹਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਕਈ ਅੱਖਾਂ ਤਾੜੇ ਲੱਗੀਆਂ ਰਹਿਣੀਆਂ ਲੰਬੜਾਂ ਦਾ ਛੋਟਾ ਤਾਂ ਸ਼ੁਦਾਈ ਹੋਇਆ ਫਿਰਦਾ ਸੀ ਸੋਣਾ ਉਹ ਵੀ ਦਰਸ਼ਨੀ ਸੀ ਇਨੈਤੀ ਦੇ ਪਿਓ ਨੇ ਤੰਗ ਆ ਕੇ ਇਹਨੂੰ ਮੰਗ ਦਿੱਤਾ ਪਰ ਸਾਖ ਐਵੇਂ-ਕਿਵੇਂ ਹੀ ਢੁੰਡਿਆ ਦੁਹਾਜੂ ਮਾਰੜਾ ਜਿਆ ਕਹਿੰਦੇ ਨੇ 2200 ਲੈ ਲਿਆ ਸਾਸੂ ਤੇ ਇਨੈਤੀ ਦੇ ਅੰਦਰ ਕੋਈ ਤੂਫਾਨ ਉੱਠਿਆ ਹੋਇਆ ਸੀ ਪਿਓ ਤੇ ਬੜਾ ਗੁੱਸਾ ਚੜਿਆ 2200 ਮੈਨੂੰ ਵਿਹਾਂ ਦਾ ਖਾਂ ਕਿਸੇ ਬੰਦੇ ਨਾਲ ਜੇ 22000 ਦੇ ਹੱਥ ਨਾਲ ਲਿਆ ਫੜਾਂਦੀ ਤੇ ਵਿਆਹ ਦੀ ਹਵਾਈ ਉੱਡੀ ਦੋਤੇ ਨੇ ਇਨੈਤੀ ਨੇ ਦੋ ਦਿਨ ਇਨੈਤੀ ਨੇ ਕੁਝ ਨਾ ਖਾਦਾ ਤੇ ਤੀਜੇ ਦਿਨ ਲੰਬੜਾਂ ਦਾ ਕੈਲਾ ਟੱਕਰ ਪਿਆ ਬੜੇ ਤਰਲੇ ਕੱਢਣ ਲੱਗਾ ਇਨੈਤੀ ਸਿੱਧਾ ਨੱਕ ਫੜਨ ਵਾਲੀ ਕੁੜੀ ਸੀ ਕਹਿਲੇਆ ਸੱਚੀ ਦੱਸ ਕੋਈ ਪਿਆਰ ਉਠਿਆ ਹੀ ਕਿ ਐਵੇਂ ਕਮੀਨਾ ਦੀ ਕੁੜੀ ਨਾਲ ਟੱਕਰਾਂ ਮਾਰ ਲਈ ਆਫਰਿਆ ਫਿਰਨਾ ਹੈ ਕਹਲੇ ਨੇ ਕਈ ਵਾਰੀ ਢਾਣੀ 'ਚ ਛੇਕੀ ਮਾਰੀ ਮੇਰੀ ਲੋਹਾਰੀ ਨਾਲ ਦੁਨੀਆਂ ਦੀ ਕੋਈ ਜੱਟੀ ਖਿਲਾਰ ਲਵੇ ਫਿਰ ਕਹ ਲਿਆ ਤੂੰ ਆਪਣਾ ਪਾਸਾ ਢੋਲ ਲੈ ਮੈਂ ਤਿਆਰ ਹਾਂ ਪਰ ਛੇਤੀ ਕਰਨੀ ਹੋਊਗੀ ਵਿਆਹ ਦੀਆਂ ਗੱਲਾਂ ਪਈਆਂ ਹੁੰਦੀਆਂ ਨੇ ਜੰਝ ਨੇ ਅੱਜ ਆਉਣਾ ਸੀ ਪਿੰਡ 'ਚ ਦਿਨ ਚੜ੍ਹਦਿਆਂ ਹੀ ਬਾਹਰ ਪੈ ਗਈ ਕਿ ਨੈਤੀ ਕਹਲੇ ਨਾਲ ਨਾ ਸਕਈ ਕਹਲੇ ਦੇ ਭਰਾ ਬੜੇ ਰਾਣੀ ਖਾਨ ਜੰਮੇ ਸਨ ਉਹ ਦੀ ਕੁੜਮਾਈ ਉਹਨਾਂ ਕਿਸੇ ਕੜੇ ਕਪਤਾਨ ਦੇ ਕੀਤੀ ਸੀ ਤੇ ਆਖਣ ਭਾਵੇਂ ਦੋਵੇਂ ਨਾ ਮਾਰਨੇ ਪੈਣ ਘਰ ਨੂੰ ਕਲੰਕ ਨਹੀਂ ਲੱਗਣ ਦੇਣਾ ਤੇ ਕਹਲੇ ਨੇ ਭਰਾਵਾਂ ਨੂੰ ਕਿ ਤੋ ਸੁਨੇਹਾ ਕਲਵਾਇਆ ਵੀ ਉਹ ਆਪਣਾ ਹਿੱਸਾ ਛੱਡ ਦੇਗਾ ਦੂਰ ਦੁਰਾਡਾ ਚਲਾ ਜਾਏਗਾ ਪਰ ਭਰਾਵਾਂ ਨੇ ਡਰਾਵੇ ਤੇ ਡਰਾਵਾ ਟੁੱਟਿਆ ਕੁਝ ਮਹੀਨੇ ਖੁਆਰ ਹੋ ਕੇ ਉਹ ਮੇਰੇ ਕੋਲ ਆ ਗਿਆ ਮੈਂ ਉਹਨੂੰ ਦਿਲਾਸਾ ਦਿੱਤਾ ਕਿ ਉਹਦੀ ਵਾਹਵਾਲ ਤਾਂ ਕੋਈ ਤੱਕੇ ਪਰ ਉਹ ਹਾਰ ਹਾਰ ਚੁੱਕਾ ਸੀ ਉਸ ਮੈਨੂੰ ਦੱਸਿਆ ਕਿ ਉਹਦੇ ਭਰਾ ਬੜੇ ਡਾਂਡੇ ਨੇ ਉਹਨਾਂ ਕਿਤੇ ਉਹਨੂੰ ਬਸਣ ਨਹੀਂ ਦੇਣਾ ਤੇ ਜਿਹੜੇ ਰੁਪਏ ਉਹ ਨਾਲ ਲਿਆਇਆ ਸੀ ਉਹ ਮੁੱਕ ਗਏ ਸਨ। ਉਹ ਇਨਾਇਤੀ ਨੂੰ ਕਿਸੇ ਚੰਗੇ ਆਦਮੀ ਦੇ ਹਵਾਲੇ ਕਰਕੇ ਕੁਝ ਲੈਣਾ ਚਾਹੁੰਦਾ ਸੀ। ਇਨਾਇਤੀ ਪਹਿਲੀ ਨਜ਼ਰੇ ਮੈਨੂੰ ਚੰਗੀ ਲੱਗ ਗਈ ਸੀ। 500 ਸੁਣਾਇਆ ਮੈਂ ਮੰਨ ਲਿਆ ਪਰ ਉਸ ਤਾਕੀਦ ਕੀਤੀ ਵੀ ਜਿੰਨਾ ਚਿਰ ਉਹ ਆਪ ਨਾ ਆਖੇ ਮੈਂ ਇਨਾਇਤੀ ਨੂੰ ਪਤਾ ਨਾ ਲੱਗਣ ਦੇਆ। ਇਨਾਇਤੀ ਨੂੰ ਕਿਸੇ ਤਰ੍ਹਾਂ ਭਿੰਨਕ ਪੈ ਗਈ ਵੀ ਕੈਲਾ ਉਹਨੂੰ ਵੇਚੂ ਸੀ। ਉਹ ਮੂੰ ਚੁਰਾਂਦਾ ਸੀ ਤੇ ਪਰ ਇਨਾਇਤੀ ਨੇ ਇੱਕ ਦਿਨ ਫੜ ਕੇ ਕੋਲ ਬਾਲਿਆ। ਕਹਿ ਲਿਆ ਮੈਂ ਸਭ ਕੁਝ ਸਮਝ ਨਹੀਂ ਆ ਤੇਰੇ ਨਾਲ ਗੁੱਸੇ ਵੀ ਨਹੀਂ ਪਰ ਜੇ ਤੂੰ ਮੈਨੂੰ ਰੱਖ ਨਾ ਸਕੇ ਮੈਨੂੰ ਸੁਟੇ ਨਾ ਮੈਨੂੰ ਆਪਣੇ ਹੱਥੀ ਮਾਰ ਦੇ ਮੈਂ ਹੀ ਨਾ ਤੇ ਤੀ ਨੂੰ ਮਾਰ ਦੇ ਤੂੰ ਆਖ ਮੈਂ ਆਪੇ ਮਰ ਜਾਾਂਗੀ ਪਰ ਤੂੰ ਮਰੇ ਕਿਉਂ ਕਿਉਂ ਨਾ ਕਿਸੇ ਦਾ ਘਰ ਆ ਬਾਤ ਕਰੇ ਤੂੰ ਇਹਨਾਂ ਜ਼ਾਲਮ ਪਰਾਵਾਂ ਕੋਲੋਂ ਦੂਰ ਬਾਹਰ ਚ ਜਾ ਕੇ ਮੈਂ ਕੋਈ ਕੰਮ ਕਰਾਂ ਹੁਣ ਮੇਰੇ ਕੋਲ ਤੈਨੂੰ ਪਤਾ ਹੈ 10 ਛਿਲ ਲੜ ਬਾਕੀ ਨਹੀਂ ਰਹੇ ਤਾਂ ਤੂੰ ਮੇਰੇ ਪੈਸੇ ਵਟਣਾ ਚਾਹਨਾ ਪਰ ਕੈਲੇ ਨੇ ਜਦੋਂ ਅੱਖਾਂ ਚੁੱਕ ਕੇ ਨਾ ਤੱਕਿਆ ਇਨੇਤੀ ਦੇ ਮੁੰਤੇ ਕੋਈ ਗੁੱਸਾ ਨਹੀਂ ਸੀ ਏਉਂ ਨਾ ਆਖਿਨਤੀ ਪਰ ਕਿਸੇ ਦੋਸਤ ਦੇ ਤਨ ਹਵਾਲੇ ਕਰਕੇ ਕੁਝ ਖਰਚ ਲਈ ਲੈ ਜਾਣਾ ਚਾਹਨਾ ਉਹਨੂੰ ਜਦੋਂ ਹੋਇਆ ਮੋੜ ਦਿਆਂਗਾ ਚੰਗਾ ਕਹਿ ਲਿਆ ਤੂੰ ਬਿਸ਼ੱਕ ਮੇਰੇ ਪੈਸੇ ਵਟ ਲੈ ਮੈਂ ਤੈਨੂੰ ਪਿਆਰ ਕੀਤਾ ਤੇਰਾ ਕੁਝ ਸਵਾਰ ਕੇ ਮੈਂ ਰਾਜ਼ੀ ਹੋਵਾਂਗੀ ਪਰ ਇੱਕ ਗੱਲ ਮੇਰੀ ਮੰ ਮੇਰਾ ਗਾਹਕ ਮੈਨੂੰ ਵਖਾ ਦੇਈ ਤੇ ਜੇ ਉਹ ਮੈਨੂੰ ਨਾ ਜੱਚਿਆ ਤਾਂ ਕਾਲੀ ਨਾ ਕਰੇ ਤੈਨੂੰ ਬਹੁਤਾ ਚਿਰ ਉਡੀਕਣਾ ਨਹੀਂ ਪਏਗਾ ਕਹਲੇ ਨੇ ਨਾਤੀ ਦੇ ਹੱਥ ਫੜ ਲੈ ਨੇਤੀਏ ਕੁਰਬਾਨ ਜਾਵਾਂ ਤੇਥੋਂ ਸੱਚੀ ਮੈਂ ਤੇਰੇ ਲਾਇਕ ਨਹੀਂ ਸਾ ਜੇਕਰ ਤੂੰ ਆਖੇ ਸ਼ਾਮੀ ਮੈਂ ਉਹਨੂੰ ਤੇਰੇ ਕੋਲ ਲਿਆਵਾਂਗਾ ਕਦੇ ਕਿਸੇ ਹਾਕਮ ਸਾਹਮਣੇ ਹੁੰਦਿਆ ਮੈਂ ਝੁਕਿਆ ਨਹੀਂ ਅਜੇ ਨੈਤੀ ਦੇ ਸਾਹਮਣੇ ਹੁੰਦਿਆ ਮੇਰੇ ਪੈਰ ਥੜਕਦੇ ਸਨ ਫਾਂਸੀ ਦਾ ਫੈਸਲਾ ਸੁਣਨੋਂ ਘਬਰਾਇਆ ਨਹੀਂ ਪਰ ਨੈਤੀ ਦਾ ਫੈਸਲਾ ਸੁਣਨੋਂ ਕੰਬ ਰਿਆ ਸੀ ਕੇਰੂ ਦੀ ਜਿੱਦ ਅੱਗੇ ਸੜਾ ਸੌ ਕਦੇ ਨਖਲ ਹੋਤਾ ਅਜ ਲੋਹਾਰੀ ਕੁੜੀ ਕੋਲੋਂ ਸੁਣਨਾ ਸੀ ਉਹਨੂੰ ਕਿ ਮੰਜ਼ੂਰ ਹਾਂ ਕਿ ਨਹੀਂ ਤੇ ਜਦੋਂ ਅਸੀਂ ਅੰਦਰ ਬੜੇ ਨੈਤੀ ਮੇਰੇ ਘਰ ਦੇ ਇੱਕ ਕੋਠੇ 'ਚ ਮੰਜੇ ਤੇ ਬੈਠੇ ਸੀ ਅਸੀਂ ਉਹਦੇ ਸਾਹਮਣੇ ਮੰਜੇ ਤੇ ਬਹਿ ਗਏ ਮੈਂ ਜਿਹੜਾ ਅੱਖਾਂ ਨਾਲ ਤੱਕ ਕੇ ਕੁੜੀਆਂ ਰਵਾਛੜਦਾ ਸਾਂ ਅਜ ਅੱਖ ਚੁੱਕ ਕੇ ਇਸ ਕੁੜੀ ਵੱਲ ਵੇਖ ਨਹੀਂ ਸਕਦਾ ਅਸੀਂ ਦੋਵੇਂ ਚੁੱਪ ਬੈਠੇ ਰਹੇ ਉਹੜ ਕੇ ਨੈਤੀ ਬੋਲੀ ਕਿਉਂ ਕਹਿ ਲਿਆ ਇਹ ਹੀ ਤੇਰਾ ਚੰਗਾ ਯਾਰ ਏ ਹਾਂ ਨੈਤੀਏ ਇਹਨੂੰ ਮੈਂ ਆਪਣੇ ਨਾਲੋਂ ਵਧੇਰੇ ਤੇਰੇ ਲੈਕ ਸਮਝਣਾ ਵਾ ਇਸ ਬੋਲ 'ਚ ਨਾ ਮੰਜ਼ੂਰੀ ਨਹੀਂ ਸੀ ਮੈਂ ਅੱਖਾਂ ਚੁੱਕ ਕੇ ਵੇਖਿਆ ਪਤਲੇ ਖਾਕੀ ਖੱਦਰ ਦਾ ਸੂਟ ਉਸ ਪਾਇਆ ਸੀ ਦਰਜੀ ਕਿਸੇ ਨੇ ਸੀਤਾ ਕਾਂ ਨੂੰ ਉਹਦੇ ਅੰਗਾਂ ਦਵਾਲੇ ਢਾਲਿਆ ਜਾਪਦਾ ਸੀ ਹੱਥੀ ਸੋਨੇ ਦੀ ਇੱਕ ਇੱਕ ਵੰਗ ਸਿਰ ਤੇ ਮੋਟੀ ਮਲਮਲ ਦੀ ਗੁਲਾਬੀ ਚੁੰਨੀ ਮਲਕਾ ਮੈਂ ਕੋਈ ਵੇਖੀ ਨਹੀਂ ਪਰ ਇੱਕ ਮਲਕਾ ਦਾ ਸੁਪਨਾ ਮੈਨੂੰ ਕਦੇ-ਕਦੇ ਆਉਂਦਾ ਸੀ ਕੱਪੜੇ ਉਹਦੇ ਗਲ ਵੱਖਰੇ ਹੁੰਦੇ ਸਨ ਪਰ ਚਿਹਰਾ ਮੋਰ ਰਾਏ ਦੇ ਵਰਗਾ ਹੀ ਹੁੰਦਾ ਸੀ ਮੈਂ ਫ਼ਾਸਲਾ ਕਰਕੇ ਬੋਲਿਆ ਹਾਂ ਇਨੈਤੀ ਇੱਕ ਵਾਰੀ ਨਹੀਂ 20 ਵਾਰੀ ਮੇਰੀ ਵਿਆਹ ਦੀ ਗੱਲ ਹੋਈ ਤੇ ਮੁੱਕੀ ਖੇ ਭਾਵੇਂ ਮੈਂ ਕਿਸੇ ਇਹੋ ਜੀ ਕੁੜੀ ਨਾਲ ਖਾ ਲਈ ਹੋਵੇ ਪਰ ਵਿਆਹ ਮੈਂ ਉਹਦੇ ਨਾਲ ਹੀ ਕਰ ਸਕਣਾ ਜੀ ਦੀ ਅੱਖ ਚ ਅੱਖ ਭਰ ਕੇ ਮੈਂ ਤੱਕ ਨਾ ਸਕਾਂ ਧੰਨਵਾਦ ਚਲਦਾ